ਅਟਾਰੀ ਵਾਂਗਾਂ ਸਰਹੱਦ ਤੇ 27ਵੇਂ ਹਿੰਦ-ਪਾਕ ਦੋਸਤੀ ਮੇਲੇ ਦੌਰਾਨ ਸਰਹੱਦ ਤੇ ਮੋਮਬਤੀ ਮਾਰਚ ਕੀਤਾ ਗਿਆ ਹਿੰਦ-ਪਾਕ ਦੋਸਤੀ ਮੰਚ ਫੋਕਲੋਰ ਰਿਸਰਚ ਅਕੈਡਮੀ ਪੰਜਾਬ ਜਾਗਰਤੀ ਮੰਚ ਅਤੇ ਸਾਫਮਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਭਾਰਤ-ਪਾਕ ਸਰਹੱਦ ਤੇ ਮੋਮਬਤੀਆਂ ਜਗਾ ਕੇ ਅਮਨ-ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ ਭਾਰਤ-ਪਾਕਿ ਦੋਸਤੀ ਮੰਚ ਦੇ ਮੁਖ ਅਹੁਦੇਦਾਰ ਸਤਨਾਮ ਮਾਨਕ ਨੇ ਵਿਸ਼ਵਾਸ ਜਤਾਇਆ ਕਿ ਆਉਂਦੇ ਸਮੇਂ ਵਿੱਚ ਦੋਵੇਂ ਗੁਵਾਂਢੀ ਮੁਲਕਾਂ ਵਿੱਚ ਪਿਆਰ ਵਧੇਗਾ ਅਤੇ ਪਾਕਿਸਤਾਨ ਦੇ ਲੋਕ ਵੀ ਇਸ ਮੰਚ ਵਿੱਚ ਸ਼ਾਮਲ ਹੋ ਕੇ ਦੋਸਤੀ ਦੇ ਸੁਨੇਹੇ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕ ਆਪਸੀ ਦੋਸਤੀ ਚਾਹੁੰਦੇ ਨੇ ਜਿਸ ਵਜ੍ਹਾ ਨਾਲ ਇਹ ਮਾਰਚ ਕੀਤਾ ਗਿਆ ਏ।